ਕੰਮ ਤਾਂ ਸੀ ਗਿਆ 3 ਮਹੀਨਿਆਂ ਦਾ ਤੇ ਜਦੋਂ ਬਾਬਾ ਜੀ ਨੇ ਆਪਾਂ ਨੂੰ ਇੱਥੇ ਸੰਪਰਕ ਕੀਤਾ ਤੇ 1 ਮਹੀਨੇ ਦੇ ਵਿੱਚ ਅਸੀਂ ਦਿਨ ਪਰ ਰਾਤ ਕਰਕੇ ਬਣਾ ਕੇ ਦਿੱਤਾ ਵੀ ਪਹਿਲਾਂ ਜਿਹੜੇ ਸਿੰਘ ਹੁੰਦੇ ਸਾਸਾਸ ਫੜਦੇ ਹੁੰਦੇ ਸੀ ਉਹ ਚੀਜ਼ਾਂ ਜੇ ਹੁਣ ਅਸੀਂ ਇਹੀ 5 ਫੁੱਟ ਦਾ ਬਣਾ ਦਈਏ ਸਿੰਘ ਜਾਂਦਾ ਹੀ ਨਹੀਂ ਮਹਾਨ ਸੂਰਬੀਰ ਸੀ ਜਿਨ੍ਹਾਂ ਨੇ ਕਾਬਲ ਕੰਧਾਰ ਲਾਹੌਰ ਤੱਕ ਜੰਮੂ ਕਸ਼ਮੀਰ ਤੱਕ ਖਾਲਸੇ ਦੇ ਘੋੜੇ ਪਾਣੀ ਪੀਆ ਕਰਦੇ ਸੀ ਉਹ ਅਕਾਲੀ ਫੂਲਾ ਸਿੰਘ ਸੀ ਜਿੰਨਾਂ ਤੋਂ ਰਾਜਾ ਰਣਜੀਤ ਸਿੰਘ ਵੀ ਉਹਨਾਂ ਦੀ ਤਾਬਿਆਂ ਦੇ ਵਿੱਚ ਹਮੇਸ਼ਾ ਹਾਜ਼ਰ ਹੀ ਰਹਿੰਦਾ ਸੀਗਾ ਤੇ ਹੁਕਮ ਮੰਨਦਾ ਸੀਗਾ ਇਸੇ ਤਰ੍ਹਾਂ ਜਿਹੜਾ ਪਰਲੇ ਬੋਤ ਦੀ ਆਪਾਂ ਗੱਲ ਕਰਦੇ ਆ ਉਹ ਜੱਸਾ ਸਿੰਘ ਆਲੂ ਵਾਲੀਆ ਸੁਲਤਾਨ ਨਲਕੋਮ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਸੀਗੇ ਗੁਰੂ ਖਾਲਸੇ ਪੰਥ ਨੇ ਬੁੱਢਾ ਦਲ ਨੇ 19 ਵਾਰ ਦਿੱਲੀ ਫਤਿਹ ਕੀਤੀ ਤੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਉਹ ਵੀ ਜਰਨੈਲ ਸੀ ਉਹਨਾਂ ਨੇ ਫਿਰ ਤਰਨੇ ਦਲ ਬਣਾਏ ਇਦਾਂ ਕਰਕੇ ਵੱਡੀਆਂ ਉਹਨਾਂ ਦੀਆਂ ਵੀ ਕੁਰਬਾਨੀਆਂ ਤੇ ਅੱਜ ਵੀ ਉਹਨੂੰ ਸੰਸਾਰ ਯਾਦ ਕਰਦਾ ਵੀ ਜੇ ਰਾਜ ਹੋਵੇ ਤਾਂ ਰਾਜਾ ਰਣਜੀਤ ਸਿੰਘ ਵਰਗਾ ਹੋਵੇ ਇਹ ਅੰਬਰਸਰ ਸਾਹਿਬ ਤੋਂ ਢੀਡਾ ਮਾਰਦੇ ਸਾਡੇ ਕੋਲ ਸਪੈਸ਼ਲ ਕਹਿੰਦੇ ਇੱਕ ਵਾਰ ਨੂੰ 10 ਸੀ ਵੀ ਅਸੀਂ ਆਗੇ ਤੁਹਾਨੂੰ ਆ ਚੀਜ਼ ਦੱਸਾਂਗੇ ਦੱਸਾਂਗੇ ਮੈਨੂੰ ਬੜੀ ਖੁਸ਼ੀ ਹੋਵੇਗੀ ਸਾਰਾ ਸਕਲਪਚਰ ਇੱਕ ਅਲੱਗ ਚੀਜ਼ ਆ ਪਰ ਜਿਹੜਾ ਫੇਸ ਬਣਾਉਣਾ ਹਨਾ ਫੇਸ ਫਿਰ ਕਿਵੇਂ ਤੁਸੀਂ ਇਮੇਜਿਨੇਸ਼ਨ ਸਾਰਾ ਕਿਵੇਂ ਬਣਾਇਆ ਉਦੋਂ ਫਿਰ ਆਪਦੇ ਵੀ ਅੰਦਰ ਐ ਜਜ਼ਬਾ ਜਜ਼ਬਾਤ ਹੁੰਦੇ ਆ ਵੀ ਯਾਰ ਆਸੀਂ ਬਣਾ ਰਹੇ ਆਂ ਚੀਜ਼ਾਂ ਰੋਗ ਕਈ ਵਾਰੀ ਆਪ ਨੂੰ ਵੀ ਗੁੱਸਾ ਆਉਣ ਲੱਗ ਜਾਂਦਾ ਬਣਾਉਂਦੇ ਬਣਾਉਂਦੇ ਜੀpropto Punjab TV ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਇਸ ਵੇਲੇ ਅਸੀਂ ਬਾਈ ਇਕਬਾਲ ਸਿੰਘ ਗਲਹੋਰਾ ਦੀ ਆਰਟ ਗੈਲਰੀ ਦੇ ਵਿੱਚ ਮੌਜੂਦ ਆ ਅਸੀਂ ਬਾਈ ਹਰਾਂ ਨੂੰ ਮਿਲਣ ਆਏ ਸੀ ਤੇ ਇੱਥੇ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਸਿੰਘ ਵੀ ਪਹੁੰਚੇ ਹੋਏ ਨੇ ਦਲਪੰਥੇ ਸਿੰਘ ਪਹੁੰਚੇ ਹੋਏ ਨੇ ਸਾਡੇ ਨਾਲ ਬਾਈ ਰਣਜੋਤ ਸਿੰਘ ਹੁਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਆਏ ਤਾਂ ਅਸੀਂ ਬਾਈ ਹਰਾਂ ਨੂੰ ਮਿਲਣ ਆ ਸੀਗੇ ਤੇ ਤੁਸੀਂ ਵੀ ਸਾਨੂੰ ਹਨਾ ਅਚਾਨਕ ਹੀ ਮਿਲ ਗਏ ਤੇ ਅੱਜ ਇੱਥੇ ਆਉਣ ਦਾ ਖਾਸ ਕਾਰਨ ਕੀ ਆ ਜਿਨ ਜਿਸ ਤਰ੍ਹਾਂ ਬਾਣੀ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀਆਂ ਜੋ ਲਰੈ ਦਿਨ ਕੇ 헤ਤ ਪੁਰਜਾ ਪੁਰਜਾ ਕਟ ਮਰਿਆ ਕਬੂ ਨਾ ਛਾਡਾ ਖੇਤ ਪੰਥ ਦੇ ਮਹਾਨ ਸੂਰਬੀਰ ਬਚਨ ਕੇ ਬਲੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਮਾਰਚ ਮਹੀਨੇ ਦੇ ਵਿੱਚ 11 12 13 ਤੇ 14 ਮਾਰਚ ਨੂੰ ਗੁਰੂ ਕਾ ਖਾਲਸਾ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਵਿਸ਼ਵਵੰਦਰੇ ਸਮਾਗਮ ਕੀਤੇ ਜਾ ਰਹੇ ਨੇ ਇਨਾਂ ਕੋਲੇ ਆਪਜੀ ਦਾ ਜਿਹੜਾ ਕਾਰਨ ਬਣਿਆ ਤੇ ਸਾਡਾ ਬਣਿਆ ਇਹ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਬਹੁਤ ਤਿਆਰ ਕਰਵਾਏ ਤੇ ਜੱਸਾ ਸਿੰਘ ਜੀ ਆਲੂ ਵਾਲੀਏ ਜੀ ਦਾ ਕਰਵਾਇਆ ਇਹ ਬਹੁਤ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ਼ੇਰਾਂ ਵਾਲਾ ਗੇਟ ਹੈ ਉੱਥੇ ਅਕਾਲੀ ਜੀ ਦਾ ਲੱਗਣਾ ਬਹੁਤ ਤੇ ਦੂਸਰੇ ਪਾਸੇ ਘਿਓ ਮੰਡੀ ਵਾਲਾ ਚੌਕ ਹੈ ਜੀ ਉੱਥੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਦਾ ਪੰਥ ਵੱਲੋਂ ਕਰਾਇਆ ਜਾ ਰਿਹਾ ਸਾਰਾ ਕੰਮ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਉਹਨਾਂ ਮਹਾਪੁਰਖਾਂ ਵੱਲੋਂ ਇਹ ਸਾਰੇ ਕਾਰਜ ਕੀਤੇ ਜਾ ਰਹੇ ਨੇ ਇਹ ਬਾਈ ਇਕਬਾਲ ਸਿੰਘ ਵੀ ਸਾਡੇ ਨਾਲ ਨੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਬਣਾਉਂਦਿਆਂ ਨੂੰ ਕਦੋਂ ਕਦੋਂ ਆਰਡਰ ਆਇਆ ਹੋਇਆ ਹੈ ਬਾਈ ਜੀ ਇਹ ਸਭ ਜੋ ਵੀ ਕੰਮ ਤਾਂ ਸੀਗਾ ਇਹ 3 ਮਹੀਨਿਆਂ ਦਾ ਅੱਛਾ ਜੀ ਤੇ ਜਦੋਂ ਬਾਬਾ ਜੀ ਨੇ ਆਪਾਂ ਨੂੰ ਇੱਥੇ ਸੰਪਰਕ ਕੀਤਾ ਤੇ 1 ਮਹੀਨੇ ਦੇ ਵਿੱਚ ਅਸੀਂ ਦਿਨ-ਰਾਤ ਕਰਕੇ ਬਣਾ ਕੇ ਦਿੱਤਾ ਤੇ ਬੜੀ ਖੁਸ਼ੀ ਹੋਈ ਕੰਮ ਕਰਕੇ ਕਿਉਂਕਿ ਇਹ ਬਾਬਾ ਜੀ ਇਹਨਾਂ ਦੇ ਜਿਹੜੇ ਪ੍ਰਾਤਨ ਜਿਹੜੇ ਸੀਗੇ ਇਹਨਾਂ ਦੇ ਹਥਿਆਰ ਹੁੰਦੇ ਆ ਪ੍ਰਾਤਨ ਕੋਈ ਵੀ ਹੈ ਜਿਵੇਂ ਹੁਣ ਗੱਲ ਕਰ ਰਹੇ ਸੀ ਰਫਲ ਦੀ ਜਾਂ ਕਿਦਾਂ ਢਾਲ ਦੀ ਜਾਂ ਜੰਜ ਦਾ ਇਹਨਾਂ ਦੇ ਪਿੱਛੇ ਗੜਾ ਸੀ ਟੰਗੀ ਆ ਜਾਂ ਤੇਗਾ ਸਾਹਿਬ ਉਹਨਾਂ ਗੱਲਾਂ ਦਾ ਸਾਨੂੰ ਜਿਹੜੀਆਂ ਗੱਲਾਂ ਦਾ ਨਹੀਂ ਵੀ ਪਤਾ ਉਹ ਵੀ ਸਾਨੂੰ ਬਾਬਾ ਜੀ ਤੋਂ ਇਹ ਚੀਜ਼ਾਂ ਦੀ ਨੌਲੇਜ ਮਿਲੀ ਦੇਖੋ ਕੋਈ ਵੀ ਆਰਟਿਸਟ ਆ ਆਪਾਂ ਕੰਮ ਕਰਦੇ ਆ ਮੈਂ ਕਦੇ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਮੈਂ ਹਮੇਸ਼ਾ ਸਿੱਖਦਾ ਹਾਂ ਮੈਂ ਹਲੇ ਵੀ ਇਹਨਾਂ ਨੂੰ ਕਹਿੰਨੇ ਬਾਬਾ ਜੀ ਠੀਕ ਆ ਆ ਚੀਜ਼ ਦੱਸੋ ਆ ਕਿਵੇਂ ਸੀ ਆ ਕਿਉਂਕਿ ਕੋੜਿਆਂ ਬਾਰੇ ਜਿੰਨਾ ਇਹਨਾਂ ਨੂੰ ਬਾਬਾ ਜੀ ਨੂੰ ਨੌਲੇਜ ਆ ਮੈਂ ਕਹਿੰਨਾ ਮੈਨੂੰ ਮੈਂ ਆਰਟਿਸਟ ਮੈਨੂੰ ਨਹੀਂ ਤੇ ਮੈਂ ਬੜੀ ਖੁਸ਼ੀ ਮਹਿਸੂਸ ਕੀਤੀ ਕੰਮ ਕਰਕੇ ਵੀ ਐਡਾ ਵੱਡਾ ਕਾਰਜ ਕਰਨ ਦਾ ਮੈਨੂੰ ਸੁਭਬ ਮਿਲਿਆ ਤੇ ਬਾਕੀ ਇਹਨਾਂ ਬਾਬਾ ਜੀ ਨਾਲ ਕਾਫੀ ਵੇਰੀ ਇੱਥੇ ਇਹਨਾਂ ਸਾਡੇ ਕੋਲ ਮੈਂ ਕਹਿੰਨਾ ਵੀ ਅੰਮ੍ਰਿਤਸਰ ਸਾਹਿਬ ਤੋਂ ਗੀੜਾ ਮਾਰਦੇ ਸਾਡੇ ਕੋਲ ਸਪੈਸ਼ਲ ਕਹਿੰਦੇ ਇੱਕ ਵਾਰ ਨੂੰ ਦੱਸ ਸੀ ਵੀ ਅਸੀਂ ਆਗੇ ਤਨੂੰ ਆ ਚੀਜ਼ ਦੱਸਾਂਗੇ ਦੱਸਾਂਗੇ ਮੈਨੂੰ ਬੜੀ ਖੁਸ਼ੀ ਹੋਈ ਭਾਈ ਬਹੁਤ ਠੀਕ ਭਾਈ ਮੈਂ ਹੋਰ ਚੀਜ਼ ਜ ਕਿਸੇ ਦਾ ਬਣਾਉਨੇ ਹੋ ਸਕਲਪਚਰ ਕਿਸੇ ਆਮ ਬੰਦੇ ਦਾ ਬਣਾਉਨੇ ਹੋ ਹਨਾ ਉਹ ਤਾਂ ਇੱਕ ਵੱਖਰੀ ਗੱਲ ਹੈ ਜਦੋਂ ਸ਼ਹੀਦਾਂ ਸਿੰਘਾਂ ਦੇ ਬਣਾਉਨੇ ਆ ਪਾਂ ਜਾਂ ਹੋਰ ਜਿਹੜੇ ਇਤਿਹਾਸਿਕ ਸਾਡੇ ਸਿੰਘ ਨੇ ਜਾਂ ਇਤਿਹਾਸ ਦੇ ਨਾਲ ਜਿਨ੍ਹਾਂ ਦਾ ਵਾਹ ਵਾਸਤਾ ਹੈ ਹਨਾ ਇਤਿਹਾਸਿਕ ਕਰੈਕਟਰ ਨੇ ਜਿਹੜੇ ਪਰ ਉਹਨਾਂ ਬਾਰੇ ਪੜ੍ਹਨਾ ਵੀ ਪੈਂਦਾ ਹੋਊਗਾ ਹਾਂਜੀ ਪੜ੍ਹਨ ਨਾਲੋਂ ਨਾ ਅਸਲ ਵਿੱਚ ਗੱਲ ਕੀ ਹੈ ਵੀਰ ਜੀ ਜਿਹੜੇ ਪ੍ਰਾਤਨ ਪ੍ਰਾਣੇ ਕਈ ਫੋਟੋ ਆਪਣੇ ਕੋਲੇ ਆਪਣੇ ਪੰਥ ਤੋਂ ਕਹਿ ਲਈਏ ਵੀ ਉਹ ਕੋਈ ਨਹੀਂ ਹੈ ਕੁਸਾ ਜਿਹੜੇ ਕੰਧ ਚਿੱਤਰ ਸੀ ਉਹਨਾਂ ਤੋਂ ਕੁਝ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਾਇਬ ਘਰ ਦੇ ਵਿੱਚ ਹੁਣ ਸਰੂਪ ਲੱਗੇ ਹੋਏ ਆ ਉਹ ਮੈਨੂੰ ਬਾਬਾ ਜੀ ਨੇ ਹੁਣੇ ਦੱਸਿਆ ਵੀ ਉਹਨਾਂ ਵਿੱਚ ਵੀ ਕੁਸ ਚੀਜ਼ਾਂ ਦੀ ਹੈਗੀ ਹੈ ਵੀ ਇਹਨਾਂ ਨੇ ਦੱਸਿਆ ਵੀ ਫਰਲਾ ਹਮੇਸ਼ਾ ਨੀਲਾ ਹੁੰਦਾ ਹੈ ਇਸ ਤਰ੍ਹਾਂ ਕਈ ਚੀਜ਼ਾਂ ਸਾਨੂੰ ਇਹਨਾਂ ਨੇ ਦੱਸੀਆਂ ਪਰ ਜਿਹੜੀ ਸਾਡੀ ਚਿੱਤਰਕਾਰੀ ਹੈ ਸੈਕ ਹਿਸਟੋਰੀਕਲ ਜਿਹੜੀ ਸਾਡੀ ਚਿੱਤਰਕਾਰੀ ਆ ਉਹਦੇ ਵਿੱਚ ਕੁਸ ਮਿਸਟੀਕਾਂ ਹੈਗੀਆਂ ਦੇਖੋ ਅਸੀਂ ਤਾਂ ਜਾਂ ਪੜਾਂਗੇ ਜਾਂ ਅਸੀਂ ਚਿੱਤਰ ਦੇਖ ਕੇ ਬਣਾਵਾਂਗੇ ਹੈ ਨਾ ਤੇ ਬਾਕੀ ਦਾ ਜਿਹੜੀ ਅਸੀਂ ਨੌਲੇਜ ਇਕੱਠੀ ਕਰ ਰਹੇ ਆ ਮਤਲਬ ਇਹਨਾਂ ਚੀਜ਼ਾਂ ਤੋਂ ਜਿਵੇਂ ਵੀ ਇਹ ਜਿਆ ਆਮ ਤਾਂ ਲੱਗਦੀਆਂ ਨਹੀਂ ਜਿੱਥੇ ਬਣਦੀਆਂ ਕੋਈ ਨੌਲੇਜ ਵਾਲੇ ਬੰਦਾ ਬਣਾਉਂਦਾ ਤੇ ਅਸੀਂ ਅਗਲੇ ਦੇ ਹਿਸਾਬ ਨਾਲ ਹੀ ਚੱਲਾਂਗੇ ਤੋ ਇਹ ਆ ਚੀਜ਼ਾਂ ਦੱਸੋਈ ਸਾਨੂੰ ਕਿਵੇਂ ਸਾਨੂੰ ਕਿਵੇਂ ਜੇ ਕੋਈ ਸਾਡੇ ਸਿਰ ਤੇ ਸੜਦੇ ਵੀ ਹਾਂ ਤੁਸੀਂ ਆਪਦੇ ਹਿਸਾਬ ਨਾਲ ਬਣਾਓ ਤੇ ਅਸੀਂ ਬਣਾ ਦਿੰਨੇ ਆ ਪਰ ਫਿਰ ਵੀ ਅਸੀਂ ਡਰ ਡਰ ਕੇ ਕੰਮ ਕਰਦੇ ਹਾਂ ਜੀ ਕਰਦੇ ਕਿਉਂਕਿ ਸਿੱਖ ਦਾ ਇਤਿਹਾਸ ਦਾ ਕੰਮ ਹੈ ਹਜ਼ਾਰਾਂ ਲੋਕਾਂ ਨੇ ਨਤਮਸਤਕ ਹੋਣਾ ਚੀਜ਼ਾਂ ਦੇਖਣੀਆਂ ਹੈਗਾ ਨਾ ਤੇ ਫਿਰ ਵੀ ਚਲੋ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਜਿਵੇਂ ਜਿਹੜੇ ਹੁਣ ਚਲੋ ਸਾਰਾ ਆਪਾਂ ਹੈ ਨਾ ਜਿਵੇਂ ਸਾਰਾ ਸਕਲਪਚਰ ਇੱਕ ਅਲੱਗ ਚੀਜ਼ ਆ ਪਰ ਜਿਹੜਾ ਫੇਸ ਬਣਾਉਣਾ ਹੈ ਨਾ ਫੇਸ ਫਿਰ ਕਿਵੇਂ ਤੁਸੀਂ ਇਮੇਜਿਨੇਸ਼ਨ ਸਾਰਾ ਕਿਵੇਂ ਬਣਾਇਆ ਹਾਂਜੀ ਉਹੀ ਫੇਸ ਦਾ ਕਿਉਂਕਿ ਇਹ ਤਾਂ ਪਹਿਲੀ ਗੱਲ ਤਾਂ ਵੀ ਪਹਿਲਾਂ ਜਿਹੜੇ ਸਿੰਘ ਹੁੰਦੇ ਸਾਸਾਸ ਫੜਦੇ ਹੁੰਦੇ ਸੀ ਉਹ ਚੀਜ਼ਾਂ ਜੇ ਹੁਣ ਅਸੀਂ ਇਹੀ 5 ਫੁੱਟ ਦਾ ਬਣਾ ਦਈਏ ਸਿੰਘ ਜਾਂਦਾ ਹੀ ਨਹੀਂ ਫਿਰ ਘੋੜੇ ਦੇ ਫੁੱਲ ਸਾਈਜ਼ ਆ ਫਿਰ ਫੇਸ ਦੇ ਇਦਾਂ ਇਦਾਂ ਮੁੱਛਾਂ ਮਸ਼ਹਰੇ ਸਾਰੀ ਚੀਜ਼ਾਂ ਪੂਰਾ ਰੋਪ ਮਤਲਬ ਦੇਖਣ ਵਾਲੇ ਬੰਦੇ ਨੂੰ ਪੂਰਾ ਰੋਪ ਪਵੇ ਜੀ ਤੇ ਉਦੋਂ ਫਿਰ ਆਪਦੇ ਵੀ ਅੰਦਰ ਐ ਜਜ਼ਬਾ ਜਜ਼ਬਾਤ ਹੁੰਦੇ ਆ ਵੀ ਯਾਰ ਆਸੀਂ ਬਣਾ ਰਹੇ ਆਂ ਜੀ ਜਾਂ ਰੋਪ ਕਈ ਵਾਰੀ ਆਪ ਨੂੰ ਵੀ ਗੁੱਸਾ ਆਉਣ ਲੱਗ ਜਾਂਦਾ ਬਣਾਉਂਦੇ ਬਣਾਉਂਦੇ ਹਾਂ ਜੀ ਸੰਖੇਪ ਅੱਜ ਦੇਖਣ ਹੀ ਪਹੁੰਚੇ ਸੀਗੇ ਜਾਂ ਲੈ ਕੇ ਜਾਣੇ ਆ ਹੁਣ ਇਹ ਸਕਲਪਚਰ ਅੱਜ ਤਿਆਰੀ ਹੈ ਜੀ ਇਹਨਾਂ ਨੇ ਬਹੁਤ ਭਾਈ ਕਵਾਲ ਸਿੰਘ ਜੀ ਨੇ ਬਹੁਤ ਹੱਲੇ ਦੇ ਨਾਲ ਹਨਾ ਤਿਆਰ ਕਰਕੇ ਦਿੱਤੇ ਨੇ ਤੇ ਬਹੁਤ ਸੋਹਣਾ ਇਹਨਾਂ ਨੇ ਗਾਈਡ ਕੀਤਾ ਬਸ ਹੁਣ ਤਿਆਰੀ ਨੇ ਜੀ ਥੋੜਾ ਬਾਕੀ ਰਹਿ ਗਿਆ ਜੀ ਇੱਕ ਦੁੱਧਨਾ ਚ ਫਿਰ ਅੰਮ੍ਰਿਤਸਰ ਚਲੇ ਜਾਣੇ ਨੇ ਜੀ ਤੇ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਇਹ ਉੱਥੇ ਲਾਏ ਜਾਣੇ ਨੇ ਜੀ ਤੇ ਬਹੁਤ ਵੱਡੀ ਸੇਵਾ ਇਹਨਾਂ ਕੋਲੋਂ ਅਛੀਦਾਂ ਸਿੰਘਾਂ ਨੇ ਲਈ ਹੈ ਤੇ ਇਹ ਮਹਾਨ ਸੂਰਬੀਰ ਸੀ ਜਿਨ੍ਹਾਂ ਨੇ ਕਾਬਲ ਕੰਧਾਰ ਲਾਹੌਰ ਤੱਕ ਜੰਮੂ ਕਸ਼ਮੀਰ ਤੱਕ ਖਾਲਸੇ ਦੇ ਘੋੜੇ ਪਾਣੀ ਪੀਆ ਕਰਦੇ ਸੀ ਉਹ ਅਕਾਲੀ ਫੂਲਾ ਸਿੰਘ ਸੀ ਜਿਨ੍ਹਾਂ ਤੋਂ ਰਾਜਾ ਰਣਜੀਤ ਸਿੰਘ ਵੀ ਉਹਨਾਂ ਦੀ ਤਾਬਿਆਂ ਦੇ ਵਿੱਚ ਹਮੇਸ਼ਾ ਹਾਜ਼ਰ ਹੀ ਰਹਿੰਦਾ ਸੀਗਾ ਤੇ ਹੁਕਮ ਮੰਨਦਾ ਸੀਗਾ ਤੇ ਉਹਨਾਂ ਦੀ ਸ਼ਤਾਬਦੀ ਬਾਕੀ ਮੈਂ ਸੰਗਤਾਂ ਨੂੰ ਤੇ ਵਿਸ਼ਵ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਸਮਾਗਮਾਂ ਵਿੱਚ 11 12 13 ਤੋਂ 14 ਮਾਰਚ ਨੂੰ ਇਹ ਸਮਾਗਮਾਂ ਵਿੱਚ ਮੰਜੀ ਹਾਲ ਵਿਖੇ ਵੀ ਸਮਾਗਮ ਹੋਣੇ ਨੇ ਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਾਉਣੀ ਹੈ ਬੁੱਢੇ ਦਲ ਦੀ ਉੱਥੇ ਵੀ ਸਮਾਗਮ ਗਤਕੇ ਦੇ ਔਰ ਹੋਰ ਵੱਡੇ ਵੱਡੇ ਜਿਹੜੇ ਸਮਾਗਮ ਬਾਬਾ ਜੀ ਵੱਲੋਂ ਲੀਕੇ ਗਏ ਨੇ ਉਹ ਸਮਾਗਮ ਹੋਣੇ ਨੇ ਸੰਗਤਾਂ ਨੂੰ ਬ ਯਾ ਪ੍ਰਾਪਤ ਕਰੋ ਜੀ ਤੁਸੀਂ ਇਤਿਹਾਸਿਕ ਪੱਖ ਦੀ ਗੱਲ ਕੀਤੀ ਹੈ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਹਾਜ਼ਰ ਰਹਿੰਦੇ ਸੀ ਕਿਉਂਕਿ ਇਹ ਅਕਾਲ ਤਖਤ ਸਭ ਦੇ ਜਥੇਦਾਰ ਸੀਗੇ ਅਕਾਲੀ ਫੂਲਾ ਸਿੰਘ ਜੀ ਕਿਉਂਕਿ ਪੰਥ ਸਰਮੌਰ ਆ ਤੇ ਜਿਹੜੀ ਰਾਜਨੀਤੀ ਹੈ ਜਿਹੜਾ ਰਾਜ ਭਾਗ ਹੈ ਉਹ ਬਾਅਦ ਦੇ ਵਿੱਚ ਤੇ ਅਕਾਲੀ ਫੂਲਾ ਸਿੰਘ ਹੋਰਾਂ ਬਾਰੇ ਕਿਹਾ ਜਾਂਦਾ ਕਿ ਜਿਹੜੇ ਕੋੜੇ ਵੀ ਮਾਰੇ ਸੀਗੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਵੀ ਹਾਂਜੀ ਉਹ ਜਿੰਦਾਂ ਜੇ ਕੋਈ ਜਿੱਥੇ ਕੋਈ ਧਰਮ ਦੀ ਗੱਲਬਾਤ ਸੀ ਉੱਥੇ ਉਹ ਬਿਲਕੁਲ ਲਿਆਜ ਨਹੀਂ ਸੀ ਕਰਦੇ ਹੈਗੇ ਜੇ ਉਹਨਾਂ ਨੇ ਕਿਤੇ ਰਾਜਾ ਰਣਜੀਤ ਸਿੰਘ ਨੇ ਕਿਤੇ ਕਲਫਲਾ ਲਾ ਲਈ ਜਾਂ ਕੋਈ ਮੋਰਾ ਕੰਜਰੀ ਉਹਨੇ ਨਾਚ ਵੇਖ ਬੈਠਾ ਕਾਲੀ ਜੀ ਨੇ ਬਿਲਕੁਲ ਲਿਆਜ ਨਹੀਂ ਕੀਤੀ ਹੈਗੀ ਵੀ ਤੂੰ ਜੇ ਗਲਤ ਹੈ ਤਾਂ ਗਲਤ ਹੈ ਉਹ ਕਾਲ ਤੱਕ ਸਾਡੇ ਜ਼ਿਹੇਦਾਰ ਸੀਗੇ ਹੋਣਾ ਵੀ ਇਦਾਂ ਹੀ ਚਾਹੀਦਾ ਜਦੋਂ ਆਪਾਂ ਰਾਜਨੀਤੀ ਤੇ ਧਾਰਮਿਕ ਦੋ ਚੀਜ਼ਾਂ ਨੂੰ ਇਕੱਠੇ ਮਿਲਾ ਕੇ ਫੇਰ ਨਹੀਂ ਗੱਲ ਬਣਦੀ ਜਿੱਥੇ ਕੋਈ ਗੱਲਬਾਤ ਸੱਚ ਦੀ ਹੈ ਉਹ ਸੱਚ ਤੇ ਸੋਚਦਾ ਪੈਰਾ ਉਹਨਾਂ ਦਾ ਪੂਰਾ ਚੜ੍ਹਦੀ ਕਲਾ ਵਾਲਾ ਸੀ ਭਾਵੇਂ ਰਾਜਾ ਰਣਜੀਤ ਸਿੰਘ ਫਿਰ ਰਾਜ ਵੀ ਵੇਖ ਅੱਜ ਦੁਨੀਆ ਯਾਦ ਕਰਦੀ ਹੈ ਵੀ ਰਾਜਾ ਰਣਜੀਤ ਸਿੰਘ ਵਰਗਾ ਰਾਜ ਉਹ ਮੇਨ ਰਾਜ ਦੀ ਭੂਮਿਕਾ ਜਿਹੜੀ ਸੀ ਉਹ ਕਾਲੀ ਬਾਬਾ ਫੂਲਾ ਸਿੰਘ ਸੀ ਮੌਕੇ ਦਾ ਜਿਹੜਾ ਜਥੇਦਾਰ ਸੀਗਾ ਜਿਹੜਾ ਸਹੀ ਗਵਾਹੀ ਕਰ ਰਿਹਾ ਸੀ ਉਸ ਕਰਕੇ ਉਹ ਰਾਜ ਵਧੀਆ ਸੀਗਾ ਤੇ ਅੱਜ ਵੀ ਉਹਨੂੰ ਸੰਸਾਰ ਯਾਦ ਕਰਦਾ ਵੀ ਜੇ ਰਾਜ ਹੋਵੇ ਤਾਂ ਰਾਜਾ ਰਣਜੀਤ ਸਿੰਘ ਵਰਗਾ ਹੋਵੇ ਇਸੇ ਤਰ੍ਹਾਂ ਜਿਹੜਾ ਪਰਲੇ ਬੋਤ ਦੀ ਆਪਾਂ ਗੱਲ ਕਰਦੇ ਆ ਉਹ ਜੱਸਾ ਸਿੰਘ ਆਲੂ ਵਾਲੀ ਸੁਲਤਾਨ ਨਲਕੋਮ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਸੀਗੇ ਤੇ ਉਹਨਾਂ ਨੂੰ ਆਪਾਂ ਸਾਰੇ ਯਾਦ ਕਰਦੇ ਆ ਕਿੱਸਾ ਉਹਨਾਂ ਦਾ ਵੀ ਹਨਾ ਕਿੱਥੇ ਤੱਕ ਫਤਿਹ ਕੀਤੀ 19 ਵਾਰ 19 ਵਾਰ ਗੁਰੂ ਖਾਲਸਾ ਪੰਥ ਨੇ ਬੁੱਢਾ ਦਲ ਨੇ 19 ਵਾਰ ਦਿੱਲੀ ਫਤਿਹ ਕੀਤੀ ਤੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਉਹ ਵੀ ਜਰਨੈਲ ਸੀ ਉਹਨਾਂ ਨੇ ਫਿਰ ਤਰਨੇ ਦਲ ਬਣਾਏ ਇਦਾਂ ਕਰਕੇ ਵੱਡੀਆਂ ਉਹਨਾਂ ਦੀਆਂ ਵੀ ਕੁਰਬਾਨੀਆਂ ਹੈ ਤੇ ਉਹ ਉਹਨਾਂ ਦਾ ਵੀ ਉੱਥੇ ਲੱਗਣਾ ਜੀ ਇਹ ਵੀ ਮਾਨ ਵਾਲੀ ਗੱਲ ਹੈ ਤੇ ਇਤਿਹਾਸ ਤੋਂ ਹੋਰ ਵੀ ਜਿਹੜੇ ਸਾਡੇ ਬੱਚੇ ਨੇ ਅੱਗੇ ਆਉਣ ਵਾਲੀ ਪੀੜ੍ਹੀ ਆ ਹੋਰ ਵੀ ਜਾਣੂ ਹੋਊਗੀ ਕਈ ਵਾਰੀ ਅਸੀਂ ਇਤਿਹਾਸ ਦੇ ਨੇੜੇ ਨਹੀਂ ਜਾ ਸਕਦੇ ਸਾਨੂੰ ਇਦਾਂ ਵੇਖਣ ਦੇ ਨਾਲ ਪਤਾ ਲੱਗਦਾ ਵੀ ਇਹ ਕਿਹਦੀ ਤਸਵੀਰ ਹੈ ਬੱਚੇ ਪੁੱਛਣਗੇ ਵੀ ਕਿਹਦੀ ਹੈ ਜੀ ਇਹ ਕਾਲੀ ਫੁੱਲਾ ਕਾਲੀ ਫੁੱਲਾ ਸਿੰਘ ਕੌਣ ਸੀ ਉਹ ਜੀ ਕਾਲ ਤਖਸੈਬ ਦੇ ਜਹੇਦਾਰ ਸੀ ਬੁੱਢਾ ਦਲ ਦੇ ਜਹੇਦਾਰ ਸੀ ਇਦਾਂ ਕਰਕੇ ਇਤਿਹਾਸ ਪੱਖ ਵ ਉਹ ਜਿਹੜੀਆਂ ਜੇ ਕਹਿ ਲਈਏ ਕਿ ਇੱਕ ਪਾਸੇ ਹੋਲਾ ਮਹੱਲਾ ਵੀ ਆ ਤੇ ਦੂਜੇ ਪਾਸੇ ਤੁਸੀਂ ਸ਼ਤਾਬਦੀ ਵੀ ਮਨਾਉਣੀ ਆ ਦਲਪੰਨ ਦੇ ਵੱਲੋਂ ਤਿਆਰੀਆਂ ਮੁਕੰਮਲ ਹੋ ਗਈਆਂ ਤੁਹਾਡੀਆਂ ਤਿਆਰੀਆਂ ਅਸੀਂ ਸਾਡੇ ਜਦੋਂ ਬਾਬਾ ਜੀ ਨੂੰ ਇਹ ਪਤਾ ਲੱਗਾ ਵੀ ਸ਼ਤਾਬਦੀ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਹੀ ਤਿਆਰੀ ਚੱਲ ਰਹੀ ਸੀਗੀ ਤੇ ਪੂਰੇ ਜੋਰ ਹਾਂ ਇਹ 200 ਸਾਲ ਆ ਜੀ ਦੂਜੀ ਆ ਜੀ ਜਿਹੜੀ ਪਹਿਲੀ ਸਦੀ ਸੀਗੀ ਉਦੋਂ ਤਾਂ ਅੰਗਰੇਜ਼ਾਂ ਦਾ ਰਾਜ ਸੀਗਾ ਆਪਣੇ ਕੋਲ ਮਨਾਈ ਨਹੀਂ ਗਈ ਸਮਾਂ ਇਦਾਂ ਦਾ ਸੀਗਾ ਹੁਣ ਇਹ 200 ਸਾਲ ਆ ਤੇ ਬਾਬਾ ਜੀ ਕਹਿੰਦੇ ਨੇ ਵੀ ਸਾਡੇ ਕੋਲ ਕੋਈ ਇਹ ਜਿਹੀ ਕਮੀ ਰਹਿਣ ਨਾ ਜਾਵੇ ਕਿ ਜਿਹੜੇ ਸਾਡੇ ਏਡੇ ਮਹਾਨ ਸੂਰਬੀਰ ਜਿਹੜੇ ਸੀਗੇ ਵੀ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਲੱਗੇ ਨੇ ਨੀਂਦ ਭੁੱਖ ਸਭ ਕੁਝ ਤਿਆਗਿਆ ਹੋਇਆ ਤੇ ਪੂਰੇ ਜੋਸ਼ ਓਜ ਦੇ ਨਾਲ ਲੱਗੇ ਹੋਏ ਨੇ ਵੀ ਮਹਾਰਾਜ ਅਕਾਲੀ ਜੀ ਦੀ ਵਧੀਆ ਤੇ ਚੜ੍ਹਦੀ ਕਲਾ ਦੇ ਨਾਲ ਇਹ ਸੰਗਤਾਂ ਨੂੰ ਪਤਾ ਲੱਗੇ ਕਈਆਂ ਨੂੰ ਪਤਾ ਹੀ ਨਹੀਂਗਾ ਵੀ ਅਕਾਲੀ ਫੁੱਲਾ ਸਿੰਘ ਜੀ ਕੌਣ ਸੀਗੇ ਹਣਾ ਜੀ ਜੇ ਕੋਈ ਯਾਦ ਕਰਦਾ ਰਾਜਾ ਕਈ ਤਾਂ ਇਦਾਂ ਹੀ ਕਹੀ ਜਾਂਦੇ ਨੇ ਵੀ ਨਹੀਂ ਨਹੀਂ ਰਾਜਾ ਰਣਜੀਤ ਸਿੰਘ ਜੀ ਜਿਹੜਾ ਉਹ ਸੀਗਾ ਜੀ ਕਾਲੀ ਜੀ ਤਾਂ ਉਹਨਾਂ ਦੇ ਹਨਾ ਉਹ ਸੀਗੇ ਫੌਜ ਸੀਗੇ ਪਰ ਇਦਾਂ ਨਹੀਂ ਸੀਗੇ ਹਨਾ ਉਹ ਉਹ ਜਥੇਦਾਰ ਸੀਗੇ ਉਹ ਕਾਲੀ ਫੂਲਾ ਸਿੰਘ ਦੇ ਥੱਲੇ ਰਾਜਾ ਰਣਜੀਤ ਸਿੰਘ ਸੀ ਇਸ ਕਰਕੇ ਵੀ ਉਹ ਬਹੁਤ ਵੱਡੇ ਮਹਾਨ ਸੂਰਬੀਰ ਸੀਗੇ ਤੇ ਇਹ 200 ਸਾਲ ਆ ਉਹਨਾਂ ਦੀ ਜਿਹੜੀ ਸ਼ਤਾਬਦੀ ਆ ਰਹੀ ਪੂਰੇ ਚੜ੍ਹਦੀ ਕਲਾ ਦੇ ਨਾਲ ਗੁਰੂ ਖਾਲਸੇ ਪੰਥ ਨੇ ਤੇ ਵਿਸ਼ਵ ਦੇ ਅੰਦਰ ਸਮਾਗਮ ਹੋ ਰਹੇ ਨੇ ਜਿੱਦਾਂ ਹਜੂਰ ਸਾਹਿਬ ਕਰਕੇ ਆਏ ਆ ਪਟਨਾ ਸਾਹਿਬ ਕਰਕੇ ਆਏ ਆ ਹੋਰ ਤਖਤਾਂ ਤੇ ਸਾਰਿਆਂ ਤੇ ਜਿੱਥੇ ਜਿੱਥੇ ਸੰਗਤਾਂ ਤੇ ਬਹੁਤ ਵੱਡੇ ਵੱਡੇ ਸਮਾਗਮ ਹੋ ਹਾਂਜੀ 11 12 13 ਤੇ 14 ਮਾਰਚ ਜੀ ਇਹ 4 ਦਿਨ ਸਮਾਗਮ ਵੱਡੇ ਚੱਲਣੇ ਨੰਬਰ ਸਰਦੀ ਧਰਤੀ ਤੇ ਜੀ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ। ਆ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਈ ਜੀ। ਸਤਿ ਸ਼੍ਰੀ ਅਕਾਲ। ਤਾਂ ਦਲਪੰਦੇ ਸਿੰਘ ਪਹੁੰਚੇ ਹੋਏ ਸੀ ਇੱਥੇ ਇਹਨਾਂ ਨੇ ਕਿਹਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਦੀ ਦੂਸਰੀ ਸ਼ਤਾਬਦੀ ਮਨਾਈ ਜਾ ਰਹੀ ਹੈ 11 12 13 14 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਪਹੁੰਚੋ ਬੱਚਿਆਂ ਨੂੰ ਜਾਣੂ ਹੋਣਾ ਚਾਹੀਦਾ ਕਾਲੀ ਫੂਲਾ ਸਿੰਘ ਬਾਰੇ ਸਾਡੇ ਇਤਿਹਾਸਿਕ ਕਰੈਕਟਰਾਂ ਬਾਰੇ ਸਾਡੇ ਇਤਿਹਾਸਿਕ ਸਿੱਖਾਂ ਬਾਰੇ ਸਿੰਘਾਂ ਬਾਰੇ ਉਹਨਾਂ ਦੀ ਹਿਸਟਰੀ ਪੜ੍ਹਨੀ ਚਾਹੀਦੀ ਹੈ ਕਹਿ ਰਹੇ ਨੇ ਅਸੀਂ ਨਿਮਾਣਾ ਜਿਹਾ ਪਰਾਲਾ ਕਰ ਰਹੇ ਹਾਂ ਜੇ ਇਹ ਸਕਲਪਚਰ ਲੱਗੇ ਹੋਣਗੇ ਤਾਂ ਬੱਚੇ ਪੁੱਛਣਗੇ ਆਖਰ ਕਾਲੀ ਫੂਲਾ ਸਿੰਘ ਕੌਣ ਨੇ ਜੱਸਾ ਸਿੰਘ ਆਲੂ ਵਾਲੀਆ ਕੌਣ ਨੇ ਸੋ ਕਹਿ ਰਹੇ ਆ ਦਾਲਪੰਥ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਬੱਚੇ ਨੇ ਉਹ ਆਪਦੇ ਇਤਿਹਾਸ ਤੋਂ ਜਾਣੂ ਹੋ ਸਕਣ ਕੈਮਰਾਮੈਨ ਮਤੰਦਨ ਨਾਲ ਮੈਂ ਸੁਮਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਮੋਗਾ